ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ ਜੀ? ਠੀਕ ਠਾਕ ਹੋ ਜੀ? ਲਓ ਜੀ, ਅੱਜ ਆਪਾਂ ਜਾ ਰਹੇ ਹਾਂ, ਕਿੱਥੇ ਜਾ ਰਹੇ ਹਾਂ ਵੀ? ਸ਼ਿਕਾਗੋ, ਡੈਲਸ, ਡੈਲਸ ਮੈਂ ਸ਼ਿਕਾਗੋ ਹੀ ਕਹਿਣੇ, ਸ਼ਿਕਾਗੋ ਤਾਂ ਅਗਲੇ ਹਫ਼ਤੇ ਆ। ਬੱਲਾ 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 ਬੱਲਾ, ਅਤੇ ਬੁਰੇ ਹਾਲ ਨੇ, ਟਾਇਰਡ ਹਾਂ ਜੋ ਵੈਸੇ। ਅਰਲੀ ਮੋਰਨਿੰਗ ਉੱਠੇ ਹਾਂ, 5 ਵਜੇ ਰਾਤੀ, 2-3 ਵਜੇ ਪਏ ਸੀਗੇ, ਅਤੇ ਪਰ ਕੋਈ ਨਾ, ਆਪਾਂ ਹੋ ਜਾਣਾ ਹੁਣੇ ਅੱਧੇ ਘੰਟੇ 'ਚ ਕੈਮ ਸ਼ੈਮ, ਅਤੇ ਪਾਣੀ ਤਾਣੀ ਮੰਗਾਇਆ ਹੋਣੀ, ਪੀਂਦੇ ਹਾਂ, ਅਤੇ ਏਅਰਪੋਰਟ ਨੂੰ ਨਿਕਲਣ ਲੱਗੇ ਹਾਂ। ਆਪਾਂ ਜਲਦੀ ਟਾਈਮ ਸਿਰ ਪਹੁੰਚ ਜਾਣਾ ਹੈ ਡੈਲਸ, ਅਤੇ ਅੱਜ ਉੱਥੇ ਸ਼ੋਅ ਆ। ਕੱਲ੍ਹ ਥੈਂਕ ਯੂ ਸੋ ਮੱਚ, ਕੱਲ੍ਹ ਜਿਨ੍ਹਾਂ ਨੇ ਇੱਥੇ ਰੌਣਕਾਂ ਲਾਈਆਂ, ਹੇਵਰਡ ਸੋਲਡ ਆਊਟ ਸ਼ੋਅ ਸੀਗਾ, ਨਜ਼ਾਰਾ ਆ ਗਿਆ, ਬਹੁਤ ਗਾਹ ਪਿਆ, ਬਹੁਤ ਇੰਜੋਏ ਕੀਤਾ, ਅਤੇ ਥੈਂਕ ਯੂ ਓਕੇ ਰਿਪੋਰਟਾਂ ਨੇ ਜੀ। ਇੱਥੇ ਹੁਣੇ ਹੈਪੀ ਨੇ ਔਡਰ ਕੀਤਾ ਪਾਣੀ। ਇੱਥੇ ਰਾਤ ਅਸੀਂ ਡਰ ਗਏ, ਰਾਤ ਅਸੀਂ ਫੂਡ ਖਾਣ ਲੱਗੇ ਤਾਂ ਅਸੀਂ ਫੋਕ, ਨਾਈਫ, ਕਾਂਟੇ, ਛੁਰੀਆਂ ਜਿਹੀਆਂ ਮੰਗਾ ਲਈਆਂ। ਅਸੀਂ ਕਿਹਾ ਬਾਈ ਭੇਜਿਓ, ਕਿਹੜਾ ਦਿਓ। ਉਹ ਬੰਦਾ ਆਉਣ ਦੀ ਬਜਾਏ ਅਮਰੀਕਾ ਵਾਲਿਆਂ ਨੇ ਰੋਬੋਟ ਏ ਭੇਜਦਾ, ਇੱਕ ਰੋਬੋਟ, ਉਹ ਜਿੱਧਰ ਨੂੰ ਆਉਂਦਾ ਵਾ ਉਹੀ ਸਮਾਨ ਲੈ ਕੇ ਆ ਜਾਂਦਾ, ਜਿਹੜੀ ਚੀਜ਼ ਨੂੰ ਕਹਿੰਦੇ ਆ ਉਹ ਆਉਂਦਾ। ਦਰਵਾਜ਼ਾ ਆਪ ਹੀ ਬੈੱਲ ਜੀ ਵੱਜਦੀ ਆ, ਅਤੇ ਉਹ ਅੱਗੇ ਖੜ੍ਹਾ ਹੁੰਦਾ ਵਾ, ਉਹਨੂੰ ਦੱਬੋ, ਤਾਮਜਾਮ ਕਰੋ। ਅਸੀਂ ਸੋਚਦੇ ਸੀ ਕੱਲ੍ਹ ਦੇ ਵੀ ਇਹਨਾਂ ਨੇ ਤਾਂ ਬੰਦਿਆਂ ਦਾ ਕੰਮ ਹੀ ਖਤਮ ਕਰ ਦੇਣਾ ਵਾ, ਸਾਰਾ ਕੁਛ ਬਿਜਲੀ 'ਤੇ ਹੋ ਗਿਆ। ਆਪ ਹੀ ਪਤੰਦਰ ਉਹ ਲਿਫਟ 'ਚ ਚੜ੍ਹਦਾ, ਹਾਂਜੀ, ਵਿੱਚ ਟੁੱਟ ਗਿਆ ਸੀ, ਵਿੱਚ ਕਨੈਕਸ਼ਨ ਜਿਹਾ ਵੀਕ ਹੋ ਗਿਆ ਸੀ, ਅਤੇ ਆਪ ਹੀ ਮੈਂ ਕਿਹਾ ਉਹ ਚੜ੍ਹਦਾ ਉਹਦੇ 'ਚ, ਆਪ ਹੀ ਉੱਤਰ ਜਾਂਦਾ ਲਿਫਟ ਦੇ ਵਿੱਚੋਂ, ਆਪ ਹੀ ਸਮਾਨ ਸਮੂਨ ਲਿਆ ਕੇ ਤੁਹਾਨੂੰ ਦੇ ਦਿੰਦਾ ਵਾ। ਦੇਖਦੇ ਹਾਂ ਵੀ ਉਹ ਆਉਂਦਾ ਕਿ ਨਹੀਂ ਆਉਂਦਾ ਹੈਗਾ, ਹੋ ਸਕਦਾ ਬੰਦਾ ਹੀ ਆ ਜਾਵੇ ਅਸਲੀ, ਕਦੇ ਕਦੇ ਬੰਦਾ ਵੀ ਆ ਜਾਂਦਾ, ਬਟ ਜ਼ਿਆਦਾਤਰ ਉਹ ਹੀ ਲੈ ਕੇ ਆਉਂਦਾ ਪਾਣੀ ਧਾਣੀ। ਹੈਪੀ ਕਿੰਨਾ ਕੁ ਟਾਈਮ ਲੱਗਦਾ ਵੀ ਉਹਨੂੰ? ਉਹਦੀਆਂ ਕਿਹੜਾ ਵੱਡੀਆਂ ਲੱਤਾਂ ਨੇ, ਨਿਕਾ ਜਿਹਾ ਵਿਚਾਰਾ, ਮਦਰਾ ਜਿਹਾ ਹੈ, ਮਦਰਾ ਜਿਹਾ ਇਹਨਾਂ ਨੇ ਹੁਣ ਬਣਾਇਆ ਵਾ, ਮਦਰਾ ਜਿਹਾ ਚੱਲ ਪਿਆ ਉਹ, ਐਟਮ ਨਵੀਂ ਹੋਈ ਹੈ, ਅਤੇ ਪਤਾ ਨਹੀਂ ਹੁਣ ਕਿੱਥੇ ਵਿਚਾਰਾ ਭਟਕ ਰਿਹਾ ਹੈ, ਕੰਟਰੀ ਵੱਜੀ ਨਹੀਂ ਗਈ ਹਲੇ। ਜੇ ਆ ਗਿਆ ਤਾਂ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਉਹਦੇ ਜਲਵੇ। ਫਿਰ ਹੈਪੀ ਕਹਿੰਦਾ, ਉਹ ਵੀ ਪੁੱਛਦਾ ਵਾ ਵੀ ਮੈਂ ਕੋਈ ਹੋਰ ਮਦਦ ਕਰ ਸਕਦਾ ਤੁਹਾਡੀ? ਉਹ ਤਾਂ ਲਿਖਿਆ ਉਹਨਾਂ ਲਿਖਿਆ, ਯਾਨੀ ਕਿ ਇੱਕ ਗੱਲ ਤਾਂ ਇਹ ਕਲੀਅਰ ਆ ਵੀ ਜਿਹਨੂੰ ਵਿਚਾਰੇ ਨੂੰ ਗਰੀਬੀ ਦਾਵੇ ਨੂੰ ਪੜ੍ਹਨਾ ਨਹੀਂ ਆਉਂਦਾ, ਉਹਦੇ ਲਈ ਤਾਂ ਰੋਬਟ ਵੇਲ ਆ। ਉਹ ਇੱਕ ਵਾਰੀ ਉਹਦਾ ਤਾਮਜਾਮ ਖੋਲ੍ਹ ਕੇ ਜੋ ਪਾਣੀ ਪਾਣੀ ਤਾਂ ਲੈ ਲੂਗਾ ਉਦੋਂ, ਪਰ ਅੱਗੇ ਕੀ ਆਊਟਪੁੱਟ ਕਰਨੀ ਉਹ ਨਹੀਂ ਪਤਾ, ਹੈ ਨਾ? ਜੇ ਉਹਨਾਂ ਨੂੰ ਥੈਂਕ ਯੂ ਤਾਂ ਨਹੀਂ ਪਤਾ ਬੰਦੇ ਨੂੰ। ਇਹਨੇ ਹੈਪੀ ਨੇ ਕੱਲ੍ਹ ਬਹੁਤ ਉਹਦੇ ਗਿੜੇ ਕਢਾਏ ਵਿਚਾਰੇ ਦੇ, ਉਹ ਥੱਕ ਗਿਆ। ਇਹ ਵਾਰੀ ਵਾਰੀ ਇੱਕ ਇੱਕ ਕਰਕੇ ਪਾਣੀ ਦੀ ਬੋਤਲ ਮੰਗਾਉਂਦਾ ਸੀਗਾ, ਜਦ ਇੰਨੇ ਗਿੜੇ ਕਢਾਏ ਵੀ ਰਾਤ ਨੂੰ ਮੈਂ ਇਹਨੂੰ ਕਿਹਾ, ਮੈਂ ਕਿਹਾ ਵੀ ਆਪਾਂ ਇਹਦੀ ਵੀਡੀਓ ਬਣਾ ਕੇ ਪਾਉਂਦੇ ਹਾਂ, ਦਿਖਾਈਏ ਤਾਂ ਸਹੀ ਵੀ ਆਹ ਅਮਰੀਕਾ ਵਾਲਿਆਂ ਨੇ ਕੀ ਨਵੀਂ ਆਈਟਮ ਕੀਤੀ ਆ। ਅਤੇ ਜਾਨੂੰ ਅਸੀਂ ਬਣਾਉਣ ਲੱਗੇ ਵੀਡੀਓ, ਉਹ ਕਹਿੰਦੇ ਜੀ ਉਹ ਤਾਂ ਥੱਕ ਗਿਆ, ਚਾਰਜ 'ਤੇ ਲੱਗਿਆ ਹੋਇਆ, ਉਹ ਸੁੱਤਾ ਪਿਆ ਹੈ, ਸੁੱਤਾ ਪਿਆ ਕਹਿੰਦੇ। ਅਤੇ ਲੈਟਸ ਸੀ ਹੁਣ ਕਦੋਂ ਦੇਖਦੇ ਹਾਂ ਆਉਂਦਾ ਵਾ, ਉਦੋਂ ਆਪਾਂ ਥੋੜ੍ਹੀ ਉਹਦੇ ਨਾਲ ਵਾਰਤਾਲਾਪ ਕਰਾਉਂਦੇ ਹਾਂ ਨਵੀਂ ਚੀਜ਼ ਨਾਲ, ਅਤੇ ਬਾਕੀ ਚੀਜ਼ਾਂ ਓਕੇ ਰਿਪੋਰਟ ਆ ਜੀ। 14 ਅਕਤੂਬਰ ਲੋਕ, ਹਾਂਜੀ ਹਰਮਨ ਜੀ, ਵਾਕਿਆ ਜੀ ਲੋਕ ਆਉਣੀ ਹੈ, ਅਤੇ ਗਾਣਾ ਲੋਕ ਦਾ ਆ ਜਾਣਾ ਪਹਿਲਾਂ, ਜਲਦੀ ਬਸ ਥੋੜ੍ਹੇ ਦਿਨਾਂ ਤੱਕ ਅਸੀਂ ਗਾਣਾ ਰਿਲੀਜ਼ ਕਰ ਦੇਣਾ, ਜੱਟ ਔਨ ਟੋਪ, ਅਤੇ ਜੱਟ ਔਨ ਟੋਪ ਗਾਣਾ ਆ ਜਾਣਾ, ਅਤੇ ਉਹਦੀਆਂ ਅਪਡੇਟਾਂ 2-4 ਦਿਨਾਂ 'ਚ ਸ਼ੁਰੂ ਕਰਾਂਗੇ। ਤੁਸੀਂ ਵੀ ਦੱਸੋ ਜੀ, ਮੁਹੰਮਦ ਜੀ ਗੱਲ ਸੁਣ ਲੈਂਦੇ ਹਾਂ ਜੀ, ਤੁਹਾਡੀ ਮਹਾਰਾਜ ਮੋਹਿਤ ਜੀ, ਵਾਹ ਜੀ ਵਾਹ ਜੀ ਵਾਹ ਜੀ, ਸੌਰਵ ਜੀ, ਰਾਏ ਮੁਦਸਰ ਜੀ, ਰਵੀ ਕੌਰ, ਰਾਜਵੀਰ ਸਿੰਘ, ਰਾਣਾ ਸਾਹਿਬ ਕਹਿੰਦੇ ਇੱਕ ਗਾਣਾ ਸੁਣਾ ਦਿਉ ਬਾਈ ਜੀ, ਸੁਣਾ ਦੂੰਗਾ ਗਾਣਾ, ਦੁਪਹਿਰ ਜਿਹਨੂੰ ਦੁਬਾਰਾ ਹੋ ਜਾਵਾਂਗੇ ਔਨਲਾਈਨ ਉਦੋਂ ਸੁਣਾਵਾਂਗੇ, ਹੁਣ ਤਾਂ ਅੱਧੀ ਨੀਂਦ 'ਚ ਆ, ਕੰਮ ਗਲੇ ਦਾ ਹਾਲ ਬੁਰਾ ਹੈ, ਥੱਕਿਆ ਹੈ, ਟਾਇਰਡ ਹੈ, ਆਪਾਂ ਕੈਮ ਜਿਹੇ ਹੋ ਜਾਈਏ ਫਿਰ ਸੁਣਾਉਂਦੇ ਹਾਂ। ਅਤੇ ਰਾਤੀ ਲੰਮਾ ਚੌੜਾ ਸ਼ੋਅ ਲਾਇਆ ਵਾ, ਅਤੇ ਥੈਂਕ ਯੂ ਵੀਰੇ, ਜੱਟ ਔਨ ਟੋਪ ਦੇ ਲਈ ਕਹਿੰਦੇ ਗੁੱਡ ਲੱਕ, ਥੈਂਕ ਯੂ ਸੋ ਮੱਚ। ਉਹ ਭਾਅ ਜੀ ਦੇਖੋ ਕਿੱਥੇ ਗਿਆ ਸਾਡਾ ਰੋਬਟ ਵੀਰਾ, ਕਿੱਥੇ ਆ? ਹੂੰ,
ਇਹ ਅੱਜ ਤਾਂ ਡੈਲਸ ਹੈਗਾ ਹੀ ਹੈਗਾ, ਆਹ ਵੀਕ ਦੇ ਲੰਘ ਗਏ ਡੈਲਸ ਆ, ਅਤੇ ਹੁਣ 9 ਤਰੀਕ ਨੂੰ ਸ਼ੋਅ ਹੈ ਨਿਊ ਜਰਸੀ, 9 ਤਰੀਕ ਨੂੰ ਸ਼ੋਅ ਆ ਨਿਊ ਜਰਸੀ, 10 ਤਰੀਕ ਨੂੰ ਸ਼ੋਅ ਆ ਸ਼ਿਕਾਗੋ, ਅਤੇ 11 ਤਰੀਕ ਨੂੰ ਸ਼ੋਅ ਆ ਡਿਟਰੋਇਟ। ਹਾ ਯਾਦ ਹੋ ਗਏ, ਉਦੋਂ ਹੈਗਾ 16 ਨੂੰ, 17 ਨੂੰ, 17 ਨੂੰ ਹੈਗਾ ਬੇਕਰਸਫੀਲਡ, ਅਤੇ 18 ਨੂੰ ਹੈਗਾ ਵਾ ਫ੍ਰਿਜ਼ਨੋ, ਉਦੋਂ ਹੈਗਾ 23 ਨੂੰ ਹੈਗਾ ਵਾ ਸਿਆਟਲ, ਅਤੇ 25 ਨੂੰ ਹੈਗਾ ਨਿਊਯਾਰਕ, ਅਤੇ 26 ਨੂੰ ਹੈਗਾ ਵਾ ਪੰਜਾਬ। ਨਾਲ ਦੀ ਨਾਲ ਕੱਟ ਟੂ ਪੰਜਾਬ ਹੋ ਜਾਣਾ ਵਾ। ਬਾਈ ਰਾਜਵੀਰ ਜੀ ਕਹਿੰਦੇ ਡਬਈ ਨਹੀਂ ਆ ਰਹੇ ਜੀ, ਕੋਈ ਸ਼ੋਅ ਨਹੀਂ ਕਰ ਰਹੇ ਹੈਗੇ। ਬਾਈ ਇੱਦਾਂ ਨਾ ਦੇਖੀ, ਦਰਵਾਜ਼ਾ ਨਾ ਖੋਲੀ, ਫਿਰ ਉਹਦਾ ਪੰਚ ਮਰ ਜਾਣਾ ਹੈ। ਅੱਖ ਦੇਖ, ਅੱਖ ਲਾ ਕੇ ਤਾਂ ਦੇਖ, ਦੇਖ ਰਿਹਾ ਹੈ ਪਿਆ ਕੁੱਕ ਲਾ ਕੇ, ਹਾਂ ਮਾਈ ਗੋਡ। ਚਲੋ ਦੇਖਦੇ ਹਾਂ ਹੁਣ, ਤੂੰ ਘੇਰ ਕੇ ਲਿਆਂਗਾ ਉਹਨੂੰ। ਲੈ ਹੈਪੀ ਨੇ ਦੇਖ ਲਿਆ ਹੈ, ਲੱਗਦਾ ਕਹਿੰਦਾ ਬੰਦਾ ਆ ਗਿਆ ਹੈ, ਉਹ ਆ ਗਿਆ, ਆ ਗਿਆ ਦਰਵਾਜ਼ੇ ਥੱਲੇ, ਉਹ ਦੇ ਨੀਲਾ ਨੀਲਾ। ਅੱਛਾ ਟੈਲੀਫੋਨ ਵੱਜਦਾ ਹੈ, ਆ ਖੋਲੀ ਦਰਵਾਜ਼ਾ, ਖੋਲੀ ਦਰਵਾਜ਼ਾ, ਖੋਲੀ, ਦੇਖੀ ਤੁਸੀਂ ਜਲਵਾ ਕਰਦਾ ਕੀ ਆ। ਹੈਲੋ ਹੈਲੋ, ਓ ਯੂ ਬ੍ਰਿੰਗ ਵਾਟਰ, ਹੈਲੋ ਪਲੀਜ਼ ਰਿਮੂਵ ਆਲ ਆਈਟਮ, ਸਾਰਾ ਇੱਕ ਤਾਂ ਆਈਟਮ ਵਿੱਚ। ਕਿੱਦਾਂ ਮੇਰੇ ਸ਼ੇਰਾ, ਇਹ ਆਲ ਸੈੱਟ ਕਰਾਂ ਹੁਣ ਮੈਂ ਜੀ, ਆਲ ਸੈੱਟ ਹੈ, ਆਲ ਸੈੱਟ ਹੈ। ਹਾਊ ਇਜ਼ ਯੂਰ ਸਟੇ, ਅੱਛਾ ਰੇਟਿੰਗ ਵੀ ਦੇਣੀ ਨਾ ਬਾਈ। ਹਾਊ ਇਜ਼ ਯੂਰ ਸਟੇ, ਯਾਰ ਬਾਈਆਂ ਨੂੰ ਨਹੀਂ ਪੜ੍ਹ ਹੁੰਦਾ ਕਿੱਥੇ ਆਲ ਇਜ਼ ਯੂਰ ਸਟੇ ਦੇ। ਇੱਥੇ ਆਪਾਂ ਰੇਟਿੰਗ ਦਿੰਦੇ ਹਾਂ ਜੀ, ਹਾਂ ਇਹ ਤਾਂ ਅੱਛਾ, ਇਹ ਦੇ ਦਿੱਤੀ ਆਪਾਂ, ਓਕੇ ਪੁੱਟ ਦਿੱਤੀ ਹੁਣ, ਉਹ ਖੁਸ਼ ਹੋ ਗਿਆ, ਯੇ ਵਾਹ ਵਾਹ ਵਾਹ, ਆਦੇ ਭੰਗੜੇ ਪਾਉਂਦਾ ਜੀ, ਥੈਂਕਸ ਲਿਖਿਆ, ਥੈਂਕਸ ਮੇਰੇ ਵੀਰ ਨੇ। ਇਹ ਕੀ ਕਹਿੰਦਾ, ਵੁੱਡ ਯੂ ਲਾਈਕ ਐਨੀਥਿੰਗ ਵਿਦ, ਲਾਈਕ ਵੁੱਡ ਯੂ ਲਾਈਕ ਅਸਿਸਟੈਂਟ ਵਿਦ ਐਨੀਥਿੰਗ, ਹੁਣ ਜੀ ਮੈਂ ਇਹਨੂੰ ਯੈਸ ਕਰ ਦਵਾਂ ਜੀ, ਯੈਸ ਕਰੋਗੇ ਫਿਰ ਕਹਿੰਦਾ ਦੇਖ, ਯੈਸ ਕਰ ਦੂੰ, ਪਲੀਜ਼ ਡਾਇਲ 0 ਲੈ ਕਹਿ ਦੋ ਬਰਾ ਡੈਸ ਗਾਈ, ਹੈਪੀ ਟੂ ਜਸਟ ਯੂ। ਓ ਫਿਰ ਹੁਣ ਇਹਦਾ ਓਕੇ ਰੀਡਿੰਗ, ਆਮ ਹੈਡਿੰਗ ਹੋ ਗਿਆ, ਬਾਏ ਬਾਏ ਬਾਏ, ਲਵ ਯੂ, ਕਿਹਦਾ ਹੀ ਜਾਂਦਾ ਕਿਵੇਂ ਇਹਨੂੰ ਸਿਰ ਤੱਕ, ਤੁਰ ਪਿਆ ਵੀ ਆਪਣੇ ਆਪ, ਵਾਹ ਜੀ ਵਾਹ, ਜਲਵਾ ਘੈਂਟ ਹੈ। ਦੇਖੀ ਵੀਰੇ ਸਾਈਡ ਕੇ ਨਹੀਂ, ਇੱਕ ਮਿੰਟ ਮੈਨੂੰ ਲਾਹੇ ਲੈਣ ਦੇ, ਨਹੀਂ ਇਹ ਤੁਹਾਨੂੰ ਰਾਹ ਦਿੰਦਾ ਨਾ, ਅੱਛਾ ਸਾਈਡ ਹੋ ਗਈ, ਵੀ ਸਾਈਡ ਹੋ ਕੇ ਰਾਹ ਦਿੰਦਾ, ਇਹ ਹੁਣ ਮੈਂ ਵਿਚਾਰਾ ਕਿਸੇ ਨਾਲ ਮੱਥਾ ਮੁੱਥਾ ਮਾਰ ਕੇ ਕਿਤੇ ਅੱਖ ਇੱਥੇ ਲੱਗਣਾ, ਆਪਾਂ ਇਹ ਤੁਹਾਨੂੰ ਆਪਣੇ ਆਪ ਹੀ ਥੋੜਾ ਸਾਈਡ ਤੇ ਬਿਠਣਾ ਨੇ, ਅੱਖ ਮੂੰਹ ਨਾ ਬਣਾ, ਇਹਦੇ ਲਈ ਲਿਫਟ ਵੀ ਆਪਣੇ ਆਪ ਖੁੱਲ੍ਹ, ਤੁਸੀਂ ਬਟਨਾ ਪ੍ਰੈਸ ਕਰੋ ਬਈ, ਇਹਦੇ ਲਈ ਕਹਿੰਦਾ ਲਿਫਟ ਵੀ ਆਪ ਹੀ ਖੁੱਲਦੀ ਆ, ਦੱਸ ਬਈ ਇਹਨਾਂ ਨੇ ਬੰਦਿਆਂ ਦਾ ਕੰਮ ਖਰਾਬ ਕਰਤਾ। ਹਾਂ ਅੱਛਾ ਸਕੈਨ ਕੀਤਾ ਉਹਨੇ, ਐਨੂੰ ਲਿਫਟ ਹੈ, ਉਹ ਅੱਗੇ ਨੂੰ ਉਹ ਚੱਲਿਆ, ਐਂ ਕਰ ਇਹਦੇ ਮੂਹਰੇ ਕੱਢ ਦਿਆ, ਇਹਨੂੰ ਪਤਾ ਨਹੀਂ ਲੱਗਦਾ ਲਿਫਟ ਖੁੱਲੀ ਆ। ਪਾਰਡਨ ਮੀ, ਆਈ ਐਮ ਔਨ ਦਾ ਵੇ ਟੂ, ਇੱਧਰ ਹੀ ਘੁੰਮੂਗਾ ਫਿਰ ਤੁਸੀਂ। ਅੱਛਾ ਹੈਪੀ ਉੱਤੇ ਦੀ ਲੰਘ ਕੇ ਚਲੇ ਗਿਆ, ਤੂੰ ਤਾਂ ਰੋਕਿਆ ਸੀਗਾ, ਓਕੇ ਡਰਲਿੰਗ ਬਾਏ 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 ਬਾਏ, ਜੇ ਮੈਂ ਲਿਫਟ ਚਲੇ ਗਿਆ ਤਾਂ ਮੇਰਾ ਤਾਮਜਾਮ ਬੰਦ ਹੋ ਜੂਗਾ। ਬਾਬਾ ਇਹ ਪਾਰਡਨ ਮੀ ਪਤਾ ਨਹੀਂ ਕੀ ਲਿਖਿਆ, ਹੈਡਿੰਗ ਫਲੋਰ 1, ਲੈ ਲੰਘ ਗਿਆ ਪਤੰਦਰ ਆਪ ਹੀ, ਦੇਖ ਲਓ ਬਾਈ ਜੀ ਜਲਵਾ ਹੈ, ਪਾਣੀ ਦੀ ਬੋਤਲ ਦੇ ਗਿਆ, ਅਤੇ ਬਾਈ ਜੀ ਹੋਰੀ ਨਿਕਲ ਗਏ ਨੇ, ਨਵੀਆਂ ਨਵੀਆਂ ਆਈਟਮਾਂ ਆ ਗਈਆਂ ਨੇ, ਉਹ ਆਪਣਾ ਕਮਰਾ ਕਿੱਥੇ ਗਿਆ। ਚਲੋ ਬਈ ਚਲੋ, ਆਪਾਂ ਝੋਲੇ ਝੂਲੇ ਚੱਕੀਏ, ਆਪਾਂ ਨਿਕਲੀਏ, ਪਾਣੀ ਪੀਣਾ ਤਾਂ ਹੈ ਨਹੀਂ ਸੀ, ਆਪਾਂ ਹੁਣ ਪੀਵਾਂਗੇ, ਚਲੋ ਜਾਣੀ ਕਿ ਇਹ ਸਾਡੇ ਕੋਲ ਆ ਹੀ ਗਿਆ ਹੈ, ਅਤੇ ਬਾਈ ਹੱਸਦੇ ਨੇ ਕਹਿੰਦੇ ਲੈ ਦੇਖੋ ਜਲਵਾ। ਬਾਈ ਤੁਸੀਂ ਇਹ ਦੇਖੋ ਵੀ ਜਲਵਾ ਹੈ ਚੀਜ਼ ਨਵੀਂ ਸੀ। ਇੱਕ ਬਾਈ ਕਹਿੰਦਾ ਦੱਲੇ ਮਲਿਕ ਤਾਇਰ ਜੀ ਕਹਿੰਦਾ ਪੰਜਾਬੀ ਪੰਜਾਬੀ ਹੁੰਦੇ ਆ, ਜਿਵੇਂ ਕੋਈ ਨਵੀਂ ਚੀਜ਼ ਦੇਖੀ ਉਹਦੀ ਪਿੱਛੇ ਪੈ ਜਾਂਦੇ ਆ। ਬਾਈ ਨਵੀਂ ਚੀਜ਼ ਕਿੱਡੀ ਕੈਸੀ ਆਈਟਮ ਹੈ, ਪਾਣੀ
ਹੋਰ ਮੰਗਾ ਲਓ ਕੋਈ ਆਈਟਮ ਬਾਈ, ਇਹੀ ਦੇਣ ਦਾ ਆਪਣੇ ਉਹਦੇ ਵਿੱਚ ਜੁਗਾੜ ਜਿਹੇ 'ਚ ਰੱਖ ਕੇ ਆਟੋਮੈਟਿਕਲੀ ਉਹ ਢੱਕਣ ਜਿਹਾ ਖੁੱਲਦਾ, ਉਹਦੇ 'ਚੋਂ ਕੱਢ ਲੈਂਦੇ ਆ, ਗੱਲ ਬੰਦਾ ਆਉਂਦਾ ਹੀ ਨੀਗਾ। ਕੁਛ ਵੀ ਮੰਗਾ ਲਓ, ਹੁਣ ਤੋਂ ਟੋਕਰਾ ਪਕੌੜਿਆਂ ਦਾ ਮੰਗਾ ਲਿਆ, ਮੇਰੀ ਟੋਕਰਾ ਥੋੜਾ ਆਜੂਗਾ, ਮਤਲਬ ਦੋ ਚਾਰ ਕੁ ਚੀਜ਼ਾਂ ਵਧੀਆ ਨੇ ਵਿਚਾਰੀ, ਜਿੰਨੀ ਕੁ ਉਹਦੀ ਕਪੈਸਿਟੀ ਹੈ ਹੈ ਨਾ, ਓਨੀਆਂ ਕੁ ਚੀਜ਼ਾਂ ਆ ਜਾਂਦੀਆਂ ਨੇ। ਅਤੇ ਪਰ ਵਧੀਆ ਸਾਨੂੰ ਤਾਂ ਦੇਖ ਕੇ ਵਧੀਆ ਲੱਗਦਾ, ਆਪਾਂ ਤਾਂ ਇਹ ਫੀਲਿੰਗ ਜਰਨਾ ਸੈਲਫੀ ਕਰਨੀ ਮੁੱਢ 'ਚ ਬਾਂਹ ਪਾ ਕੇ, ਉਹ ਰਹਿ ਗਈ ਹੈ ਨਾ, ਥੱਲੇ ਉਤਰਾਂਗੇ ਤਾਂ ਕਰਾਵਾਂਗੇ, ਉਹ ਮੋਢੇ ਵਿੱਚ ਬਾਂਹ ਪਾ ਕੇ ਕਰਾਂਗੇ ਸੈਲਫੀਆਂ ਦੋ ਤਿੰਨ ਵਿਚਾਰੇ ਨਾਲ, ਅਦਰਵਾਈਜ਼ ਉਹ ਕਹਿਣਾ ਵੀ ਮੇਰੀ ਇੰਨੀ ਬੁੱਕਤ ਦਾ ਕੋਈ ਫੀਲਿੰਗ ਨਹੀਂ ਹੋਈ। ਆਪਾਂ ਚਲੀਏ, ਵਾਹ ਵਾਹ, ਮੇਰਾ ਇੱਕ ਮਿੰਟ, ਮੇਰਾ ਫੋਨ ਕਿੱਥੇ ਆ, ਬੋਲੇ ਫੋਨ 'ਤੇ ਤਾਂ ਲੱਗੇ ਮੈਂ, ਇੱਕ ਮਿੰਟ ਮੈਂ ਕੋਈ ਹੋਰ ਚੀਜ਼ ਦੇਖ ਲਵਾਂ, ਇੱਕ ਮਿੰਟ, ਚਲੋ ਜੀ ਠੀਕ ਹੈ ਜੀ, ਆਪਾਂ ਚੈੱਕਆਊਟ ਕਰ ਦਿੱਤਾ ਹੈ, ਹੋਟਲ ਦੇ ਵਿੱਚੋਂ ਨਿਕਲ ਰਹੇ ਹਾਂ, ਅਤੇ ਰਾਤੀ ਸ਼ੋਅ 'ਚ ਬੜੇ ਭੱਜੇ ਨੇ ਠੇ, ਇੱਕ ਮਿੰਟ, ਜਾਂਦੇ ਜਾਂਦੇ ਉਹ ਜਾਂਦੇ ਜਾਂਦੇ ਖਾ ਲਓ ਮਿੱਠਾ, ਆ ਦੇਖ ਕੱਲ੍ਹ ਦੇ ਕੇ ਗਏ ਸੀ ਬਾਈ, ਗੁੱਡ ਮਾਰਨਿੰਗ, ਥੈਂਕ ਯੂ ਰੋਬਰਟ, ਬਾਈ ਮੈਂ ਉਤਰਨੀ ਹਾਂ, ਲਿਫਟ ਕਿਸੇ ਵੀ ਟਾਈਮ ਬੰਦ ਹੋ ਸਕਦਾ ਹੈ, ਫੋਨ ਜੇ ਬੰਦ ਹੋ ਗਿਆ ਤਾਂ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ। ਕਿੱਧਰ ਹੈਪੀ, ਬੰਦ ਹੋਊਗਾ ਵਿੱਚ, ਥੱਲੇ ਦੇਖਦੇ ਹਾਂ, ਰੋਬਟ ਯਾਰ ਮੱਕਣ ਦਾ ਕਿੱਥੇ ਖੜਾ ਹੈ, ਕੌਫੀ ਮੰਗਾਉਣੀ ਚਾਹੀਦੀ ਸੀ, ਪਰ ਚਲੋ ਕੋਈ ਗੱਲ ਨਹੀਂ, ਖੋਲ ਕੇ ਵੀਰੇ ਜਲਨ ਡੀ ਹੈ, ਇੱਕ ਬੰਦਾ ਸਵੇਰ ਦਾ ਕੈਂਡੀਡੇਟ ਉੱਠ ਕੇ ਬੁਰੇ ਹਾਲਾਤਾਂ ਦੇ ਵਿੱਚ, ਸਭ ਤੋਂ ਔਖਾ ਕੰਮ ਮੈਨੂੰ ਲੱਗਦਾ ਜਿਹੜਾ 2-3 ਘੰਟੇ ਸੌਂ ਕੇ ਤੇ ਹੁਣ ਫਲਾਈਟਾਂ 'ਚ। ਅਸੀਂ ਐਕਚੁਅਲੀ ਵੀਡੀਓ ਪਤਾ ਕਿਸ ਚੀਜ਼ ਦੀ ਬਣਾਈ ਸੀ, ਅਸੀਂ ਉਹ ਯਾਰ ਮੱਕਣ ਦਾ ਸੱਦੇ ਜਿਹੜਾ ਉਹ ਪਿੱਛੇ ਖੜਾ ਫਿਰਦਾ ਸੀ, ਹਾਂ ਉਹ ਪਾਣੀ ਵੀ ਗਿਆ ਸਾਨੂੰ, ਇਹਦੀ ਮੈਂ ਕੱਲ੍ਹ ਸਟੋਰੀ ਪਾਈ ਸੀ, ਹਾਂ ਕਹਿੰਦੇ ਹੈਰਾਨ ਪਰੇਸ਼ਾਨ ਹੋ ਗਏ, ਅਸੀਂ ਮੰਗਾਈ ਡੈਂਟਲ ਕਿੱਟ ਅਤੇ ਸਾਲ ਮੈਂ ਕਹਿ ਰੌਲਾ ਪਾਉਣ ਲੱਗ ਗਈ, ਕਹਿੰਦੇ ਆ ਕੀ ਆ ਗਿਆ, ਇਹ ਇਹਨਾਂ ਨੇ ਮੰਗਾਇਆ ਧੰਦਾ ਵਾਲਾ ਜਗਾੜ, ਇਹਦੀ ਪਾਰਕਿੰਗ ਹੈ, ਅੱਛਾ ਵੀਰ ਹਾਏ, ਉਹ ਸਨੈਪ ਹੈ ਸੈਲਫੀ ਦਾ ਮਤਲਬ ਕੀ ਆ ਬਾਈ, ਸਨੈਪ ਸੈਲਫੀ ਦਾ ਕੀ ਮਤਲਬ ਆ, ਸਿਪ ਸਿਪ ਔਰ ਸਨੈਪ, ਨਹੀਂ ਨਹੀਂ ਆ ਥੱਲੇ ਲਿਖਿਆ ਸਨੈਪ ਆ ਸੈਲਫੀ, ਪਤਾ ਨਹੀਂ ਕਿੱਦਾਂ ਹਾਲ ਚਾਲ ਬਾਈ, ਇਹਨੇ ਪਾਣੀ ਲਿਆਂਦਾ ਹੁਣ, ਬਾਈ ਤੇਰਾ ਕੀ ਬਣੂ ਤੇਰਾ ਸ਼ਰਾ, ਤੇਰਾ ਕੁਛ ਨੀ ਕਿਹਾ ਹੈਗਾ ਆਪਾਂ ਨੂੰ, ਵੀਰੇ ਉੱਥੇ ਆ ਕੇ ਟੂਈ ਜੋੜਨੀਆਂ ਨੇ, ਤਾਰ ਪਹਿਲਾਂ ਤਾਂ ਲੱਗੀ ਹੋਈ ਹੈ, ਚਲੋ ਜੋ ਵੀ ਅੰਮ੍ਰਿਤਸਰ ਵਾਲੇ ਟੂਈ ਬਰਡ ਥੋੜਾ ਦੂਜੇ ਲੁੱਟ ਹੋਇਆ, ਚਲੋ ਕੋਈ ਗੱਲ ਨੀ, ਹੱਡ ਤੁਰ ਮਿਹਨਤ ਕਰਦਾ ਕਹਿ ਸਕਦੇ, ਜਿੱਦਾਂ ਮਰਜ਼ੀ ਆ ਬੰਦਾ ਵਿਚਾਰਾ ਐਫਰਟ ਕਰਦਾ ਹੈ, ਜੋ ਮਰਜ਼ੀ ਆ, ਉੱਧਰ ਦੇਖ ਲਓ ਉਹ ਆ ਸਾਰਾ ਕੁਛ ਇਕੱਠਾ ਹੀ ਇੱਕੇ ਚੀਜ਼ 'ਚ ਵਜਾ ਰਿਹਾ ਅੱਜ ਕੱਲ੍ਹ, ਲੋਕੀ ਮੈਨੂੰ ਪੁੱਛਦੇ ਨੇ ਕਹਿੰਦੇ ਸਟੇਜ 'ਤੇ ਹਨੀ ਸਿੰਘ ਵੀ ਬੋਲ ਰਹੇ ਨੇ, ਕਿੱਦਾਂ ਬੋਲ ਰਹੇ ਨੇ, ਮੈਂ ਕਿਹਾ ਇਹ ਬੰਦਾ ਬੁਲਵਾਉਂਦਾ, ਸਾਡਾ ਜ਼ੋਰ ਲੱਗਿਆ ਰਹਿੰਦਾ ਹੈ, ਪਰ ਇਹਨਾਂ ਦੇ ਤਾਮੇ ਜਾਮੇ ਕਰਕੇ ਸ਼ੋਅ ਜਾ ਰਹੇ ਨੇ ਪੂਰੇ ਘੈਂਟ, ਅਤੇ ਹੁਣ ਆਪਾਂ ਡੈਲਸ ਦੀਆਂ ਤਿਆਰੀਆਂ ਨੇ, ਆਓ ਕਰਾਂ ਚੱਕੋ ਜਵਾਨਾ, ਥੈਂਕ ਯੂ, ਕਿੱਦਾਂ ਵੀਰੇ ਬੋਲੀ ਟਾ, ਵਧੀਆ ਬਾਈ, ਲਓ ਜੀ ਸਮਾਨ ਧਰ ਲਿਆ, ਬਾਕੀ ਗੱਲਾਂ ਦੀਆਂ ਗੱਲਾਂ ਹੂਜ਼ ਨੀਲਾ ਟੈਚੀ,
ਦੇਖੋ ਬੱਬਲ ਹੁਣੀ ਇੰਨੇ ਉਹ ਨੇ ਨਾ ਅੱਜ ਕੱਲ੍ਹ ਐਡਵਾਂਸ ਚੱਲਦੇ ਬੱਬਲ ਨੇ ਸੇਮ ਟੋਪੀ ਦੇ ਨਾਲ ਦੇ ਖੇਚੀ ਰੱਖੇ ਹੋਏ ਨੇ ਐਨੇ ਆਹ ਦੇਖੋ ਬੂਟਾਂ ਦੇ ਵਿੱਚ ਵੀ ਆਹ ਰੱਖਿਆ ਆਹ ਬੂਟ ਉਹ ਨਵੇਂ ਵਾਲੇ ਬੂਟ ਆਏ ਨੇ ਜਿਹੜੇ ਬਹੁਤ ਔਖੇ ਮਿਲਦੇ ਨੇ ਇਹਨਾਂ ਦੇ ਵਿੱਚ ਇੱਕ ਹੋਰ ਮਾਡਲ ਆਇਆ ਵਾ ਜਿਹੜਾ ਮਿਲਦਾ ਹੀ ਨਹੀਂ ਹੈ ਜਿਹੜਾ ਮਿਲਦਾ ਨਹੀਂ ਉਹ ਮਿਲਦਾ ਆਪਾਂ ਨੂੰ ਜੀ ਸ਼ਿਕਾਗੋ ਅਨਮੋਲਕ ਹੋਊਗਾ ਸਿਨਸਿਨੇਟੀ ਵਾਲਾ ਵਾਜੀ 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 ਤੁਸੀਂ ਮੇਰੇ ਦੱਸ ਨਹੀਂ ਮੈਨੂੰ ਮੈਂ ਮੰਗਾ ਕੇ ਦੇਣਾ ਤੁਹਾਨੂੰ ਬਹੁਤ ਚੱਲਦੀ ਆਪਣੀ ਅੱਛਾ ਜੀ ਹਾਂ ਲਾਈਵ ਤੇ ਚੱਲ ਰਿਹਾ ਨਾ ਇੱਥੇ ਝੂਠ ਬੋਲ ਕੇ ਬਹੁਤ ਸਟੋਰਾਂ ਨੇ ਕਿਹਾ ਮੈਨੂੰ ਤਾਂ ਇਹ ਵੀ ਨਹੀਂ ਮਿਲਿਆ ਗੇ ਪਰ ਚੱਲ ਕੋਈ ਗੱਲ ਨਹੀਂ ਆਪਾਂ ਆਸਟ੍ਰੇਲੀਆ ਦਾ ਲੱਗੇ ਹਾਂ ਇਹਨਾਂ ਦੇ ਮਗਰ ਹੁਣ ਜਾ ਕੇ ਮਿਲੇ ਮਿਲ ਗਏ ਹਨ ਚਲੋ ਮਿਲ ਗਏ ਹਨ ਪਰ ਬੂਟਾਂ ਦੇ ਬਚਪਨ ਦੀ ਬਾਬੇ ਦੀ ਕਿਰਪਾ ਨਾਲ ਜੁੱਤੀਆਂ ਦੀ ਕਮੀ ਨਹੀਂ ਰਹੀ ਹਾਂ ਇਹਨੂੰ ਦੇਖ ਇਹਨੂੰ ਹੀ ਮਿਲੇ ਤਾਂ ਹੀ ਜੁੱਤੀਆਂ ਦੀ ਕਮੀ ਨਹੀਂ ਰਹੀ ਚਲੋ ਜੀ ਓਕੇ ਰਿਪੋਰਟਾਂ ਬਾਕੀ ਦੀਆਂ ਗੱਲਾਂ ਬਾਤਾਂ ਹੋਣਗੀਆਂ ਸ਼ਿਕਾਗੋ